ਆਪਣੇ ਐਡਰੈਸ ਦੱਸੋ। ਜੀ ਮੈਂ ਰਹਿਣ ਵਾਲਾ ਨਰਿੰਦਰ ਸਿੰਘ ਹੈ ਤੇ ਪਿੰਡ ਮਾਨਕਮਾਦਰਾ ਜ਼ਿਲ੍ਹਾ ਸੰਗਰੂਰ। ਠੀਕ ਹੈ। ਆਪਾਂ ਕਿੰਨੇ ਏਕੜ ਦੀ ਖੇਤੀ ਕਰਦੇ ਹਾਂ? ਖੇਤੀ ਆਪਾਂ ਕਰਦੇ ਹਾਂ 8 ਏਕੜ ਦੀ। ਅੱਛਾ ਜੀ। ਹਾਂ ਜੀ। 8 ਏਕੜ ਦੇ ਵਿੱਚ ਤੁਸੀਂ ਕਿਹੜੀ ਵੈਰਾਈਟੀ ਲਈ ਹੈ? 8 ਏਕੜ ਦੇ ਵਿੱਚ 4 ਏਕੜ ਦਾ ਹੈਗਾ ਜੀ ਆਪਣੇ 11 ਏਕੜ। ਅੱਛਾ ਜੀ। ਤੇ ਬਾਕੀ 4 ਏਕੜ ਪੂਸਾ ਜੀ। ਜਿਹੜੇ 11 ਇੱਕੀ ਦੇ ਵਿੱਚ ਤੁਸੀਂ ਆਰ ਟੀ ਆਈ ਪਾਈ ਉਹਦਾ ਕੀ ਤੁਹਾਨੂੰ ਰਿਜ਼ਲਟ ਮਿਲਿਆ? ਆਰ ਟੀ ਆਈ ਰਿਜ਼ਲਟ ਵਧੀਆ ਜੀ ਆਇਆ, ਵਾਧਵਾਂ ਲਾਲ ਆ ਜੀ ਇਹ। ਇਹ ਨਹੀਂ ਹੈਗਾ ਜੀ, ਇਹ ਜਿਹਨੂੰ ਆਪਾਂ ਬਗਾਨਾ ਰੋ ਬਗਾਨਾ ਰੋ ਕਹਿੰਦੇ ਜੀ। ਨਹੀਂ ਪਹਿਲਾਂ ਦੇਖਿਆ ਹੋਰ ਮਤਲਬ ਵਿੱਚ ਹੈਗੇ ਨੇ ਕਿਸੇ ਦੇ, ਆਪਣੇ ਨਹੀਂ ਹੈਗਾ ਜੀ ਜ਼ਮੀਨ। ਹਾਂ ਜੀ ਹਾਂ, ਕਈ ਸਾਲ ਤੋਂ ਜੀ ਮੈਂ ਤਾਂ ਪਾ ਰਿਹਾ ਜੀ, ਪਹਿਲਾਂ ਕਣਕ 'ਚ ਪਾਈ ਜੀ, 5-6 ਸਾਲ ਹੋ ਗਏ 1 ਏਕੜ ਤੋਂ ਸ਼ੁਰੂ ਕੀਤਾ ਜੀ, ਅਤੇ ਐਤਕੀ 2 ਏਕੜ 'ਚ ਦੀ ਕਣਕ, ਅਤੇ ਹੁਣ ਜੀਰੀ ਦੇ ਕੀਤੀ, ਬੀਜ ਨੂੰ ਲਾ ਕੇ ਕੀਤੀ ਆ। ਕਣਕ 'ਤੇ ਆਪਾਂ ਨੂੰ ਕੀ ਰਿਜ਼ਲਟ ਮਿਲੇਗਾ? ਕਣਕ 'ਤੇ ਝਾੜ ਵੱਧ ਨਿਕਲਿਆ ਜੀ ਉਦੋਂ। ਹਾਂ ਜੀ। ਕਿਸਾਨ ਵੀਰਾਂ ਨੂੰ ਇਹੀ ਕਹਿਣਾ ਜੀ ਵੀ ਮਤਲਬ ਆਪਣੇ ਜੋਗੀ ਦਾ ਜ਼ਰੂਰ ਕਣਕ ਜੀਰੀ ਦਾ ਜਿਹੜੇ ਸਪਰੇਅ ਦੋ ਕਰਨੇ ਚਾਹੀਦੇ ਨੇ, ਕਣਕ ਤੇ 1 ਏਕੜ ਦਾ ਲਾ ਵੀ ਲਾਉਣ ਜੀ ਬੀਜ ਨਾਲ। ਚਲੋ ਆਪਾਂ ਥੋੜੀ ਥੋੜੀ ਹੋਰ ਜਿਵੇਂ ਕਿ ਕੈਮੀਕਲ ਖਾਦਾਂ ਤੋਂ ਛੁਟਕਾਰਾ ਕਰਦੇ। ਚਲੋ ਇੰਨੀਆਂ ਗੱਲਾਂ ਕਹਿੰਦੇ, ਬਹੁਤ ਬਹੁਤ ਧੰਨਵਾਦ।